ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਖਾਲਸਾ ਸਕੂਲ ਸੈਨ ਹੋਜ਼ੇ ਦੇ ਲੈਵਲ 4 ਦੇ ਬੱਚਿਆਂ ਨੂੰ, ਜੀ ਆਇਆਂ ਨੂੰ, ਅਸੀਂ ਅੱਜ ਵੀਕ 22 ਔਨ ਯੂਰ ਪੇਸਿੰਗ ਗਾਈਡ 'ਤੇ ਕੰਮ ਕਰ ਰਹੇ ਹਾਂ ਅਤੇ ਅਸੀਂ ਅੱਜ ਗੁਰਬਾਣੀ ਦੇ ਵਿੱਚ ਪੌੜੀ ਨੰਬਰ 20 ਦੇ ਵਿੱਚ ਲਾਈਨ ਨੰਬਰ 176 ਅਤੇ 177 ਮੈਮੋਰਾਈਜ਼ ਕਰਨੀ ਹੈ। ਸੋ ਤੁਸੀਂ ਹਰ ਰੋਜ਼ ਇੱਕ ਜਾਂ ਦੋ ਲਾਈਨਾਂ ਮੈਮੋਰਾਈਜ਼ ਕਰਨੀਆਂ ਅਤੇ ਅਸੀਂ ਇਕੱਠੇ ਕੰਮ ਕਰਾਂਗੇ। ਤੁਸੀਂ ਦੇਖੋਗੇ ਕਿ ਗੁਰਬਾਣੀ ਮੈਮੋਰਾਈਜ਼ ਕਰਨੀ ਕਿੰਨੀ ਈਜ਼ੀ ਹੈ। ਅਤੇ ਮੈਂ ਉਮੀਦ ਕਰਾਂਗੀ ਕਿ ਤੁਸੀਂ ਹਰ ਰੋਜ਼, ਨਾਟ ਐਵਰੀ ਸੰਡੇ, ਹਰ ਰੋਜ਼ ਦੋ ਲਾਈਨਾਂ ਮੈਮੋਰਾਈਜ਼ ਕਰੋਗੇ ਤਾਂ ਕਿ ਤੁਹਾਨੂੰ ਜਪਜੀ ਸਾਹਿਬ ਜਲਦੀ ਹੀ ਯਾਦ ਹੋ ਜਾਵੇ। ਸੋ ਤੁਸੀਂ ਆਪਣੇ ਪੋਥੀ ਖੋਲ੍ਹ ਲਓ, ਤੁਹਾਡੇ ਕੋਲ ਪੈਕਟ ਹੈਗਾ ਪਾਠ ਦਾ, ਅਤੇ ਪੇਜ ਨੰਬਰ 12 ਦੇ ਉੱਤੇ ਹੈਗੀ ਹੈ 20 ਪੌੜੀ, ਤੁਸੀਂ ਖੋਲ੍ਹ ਲਓ। ਪਹਿਲੀਆਂ 19 ਪੌੜੀਆਂ ਦਾ ਪਾਠ ਤੁਸੀਂ ਆਪ ਕਰੋਗੇ, ਸਾਨੂੰ ਟਾਈਮ ਨਹੀਂ ਇਸ ਵੇਲੇ ਇੱਥੇ ਕਰਨ ਦਾ, ਪਰ ਤੁਸੀਂ ਆਪ ਜ਼ਰੂਰ ਕਰੋਗੇ, ਰੋਜ਼ ਕਰੋਗੇ। ਅਤੇ ਮੈਂ ਤੁਹਾਨੂੰ 20th ਪੌੜੀ ਦੀ ਅੱਜ ਦੋ ਲਾਈਨਾਂ ਸਿਖਾਵਾਂਗੀ ਅਤੇ ਤੁਸੀਂ ਦੇਖੋਗੇ ਕਿੰਨਾ ਸੌਖਾ ਹੈ ਪਾਠ ਯਾਦ ਕਰਨਾ, ਠੀਕ ਹੈ। ਸੋ ਤੁਸੀਂ ਮੇਰੇ ਪਿੱਛੇ ਪਿੱਛੇ ਬੋਲੋ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮੱਤ ਪਾਪਾ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾ। ਨਾਓ ਦੀਸ ਲਾਈਨਸ ਯੂ ਡੋਂਟ ਨੋ ਯੈਟ, ਸੋ ਲੈਟਸ ਸੇ ਆਫਟਰ ਮੀ। ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਹੋ। ਸੋ ਦੇਰ ਓਨਲੀ 9 ਵਰਡਸ ਇਨ ਇਟ, right? They should be easy to remember. Say it after me. Aape beej, aape hi khaho. Aape beej, aape beej, aape hi khaho. Aape hi khaho. Aape beej, aape hi khaho. Aape beej, aape hi khaho. Whole line. Aape beej, aape hi khaho. Say 10 times. Pause the video. Okay, now next line. Nanak hukmi aavo jaho. Nanak hukmi aavo jaho. Nanak hukmi aavo jaho. Whole line. Nanak hukmi aavo jaho. Nanak hukmi aavo jaho. Pause the video and say 10 times. Now let's say both lines. ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਸੇ ਬੋਥ ਲਾਈਨਸ ਟੁਗੈਦਰ। ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਐਂਡ ਦੈਟਸ ਇਟ। ਯੂ ਹੈਵ ਟੂ ਸੇ ਈਚ ਲਾਈਨ 10 ਟਾਈਮਸ ਐਂਡ ਯੂ ਵਿਲ ਰਿਮੈਂਬਰ। ਸੀ ਹਾਓ ਈਜ਼ੀ ਇਟ ਇਜ਼? ਇਟ ਟੇਕਸ ਮੋਰ ਦੈਨ 1 ਔਰ 2 ਮਿੰਟਸ ਟੂ ਮੈਮੋਰਾਈਜ਼ 1 ਲਾਈਨ, ਐਂਡ ਆਈ ਐਮ ਸ਼ੋਰ ਯੂ ਕੈਨ ਡੂ ਦੈਟ ਐਵਰੀ ਸਿੰਗਲ ਡੇ। ਗੋ ਹੈਡ ਐਂਡ ਵਰਕ ਔਨ 21st ਪੌੜੀ ਟੁਮਾਰੋ, or if you have time today, you can work 2 times a day, 3 times a day, and pretty soon, in next few days, you can memorize whole Japji Sahib, and I'll be very proud of you. And you know, Guru Nanak Khalsa School will also give you $100 if you memorize complete Japji Sahib path, theek hai? So work hard, learn Gurbani, and Vaheguru Ji Ka Khalsa, Vaheguru Ji Ki Fateh.